ਦੀ ਹਾਲ ਚਾਲ ਨੇ ਜੀ ਸਾਰੇ ਵੀਰਾਂ ਅਤੇ ਭੈਣਾਂ ਦੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਇਟਾਲੀਅਨ ਲੈਂਗੁਏਜ ਦੀਆਂ ਕਲਾਸਾਂ ਕੰਟੀਨਿਊ ਚੱਲ ਰਹੀਆਂ ਨੇ ਸਾਡੇ ਪੜਾਉਂਦਾ ਤਰੀਕਾ ਦੇਖਣ ਦੇ ਲਈ ਜਾਂ ਕਲਾਸ ਵਿੱਚ ਐਡਮਿਸ਼ਨ ਲੈਣ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜਾਂ ਵਟਸਐਪ ਨੰਬਰ ਹੈ 3396610900 ਅੱਜ ਦਾ ਟੌਪਿਕ ਬਹੁਤ ਇੰਪੋਰਟੈਂਟ ਹੈ ਅਕਸਰ ਤੁਸੀਂ ਆਪਣੇ ਕਿਸੇ ਇਟਾਲੀਅਨ ਦੋਸਤ ਜਾਂ ਕੋਈ ਇਟਾਲੀਅਨ ਤੁਹਾਡੇ ਨਾਲ ਕੰਮ ਕਰਦਾ ਹੋਵੇਗਾ ਉਹਦੇ ਮੂੰਹੋਂ ਹਮੇਸ਼ਾ ਸੁਣਿਆ ਹੋਵੇਗਾ ਅਦੇਸੋ ਓਰਾ ਜਾਂ ਮੋ ਹੁਣ ਇਹ ਤੁਹਾਡੇ ਸਾਹਮਣੇ ਤਿੰਨ ਸ਼ਬਦ ਲਿਖੇ ਨੇ ਤਿੰਨ ਵਰਡ ਲਿਖੇ ਨੇ ਇਨ੍ਹਾਂ ਤਿੰਨਾਂ ਦਾ ਮਤਲਬ ਇੱਕ ਹੀ ਹੈ ਇਨ੍ਹਾਂ ਤਿੰਨਾਂ ਦਾ ਮਤਲਬ ਹੈ ਹੁਣ ਯੂਨੋ ਇੰਗਲਿਸ਼ ਵਿੱਚ ਕਹਿੰਦੇ ਆ ਨਾਊ ਹੁਣ ਕੋਈ ਤੁਹਾਡੇ ਸਾਹਮਣੇ ਦੇਖਿਆ ਨਾ ਮੈਂ ਤੁਹਾਨੂੰ ਕੀ ਕਿਹਾ ਹੁਣ ਹੁਣ ਕੋਈ ਤੁਹਾਡੇ ਸਾਹਮਣੇ ਇਹ ਜਿਹੜਾ ਮੈਂ ਹੁਣ ਯੂਜ਼ ਕੀਤਾ ਹੈ ਤੁਹਾਡੇ ਸਾਹਮਣੇ ਇਹ ਜਿਹੜਾ ਆਪਣੇ ਮੂੰਹ ਮੈਂ ਪੰਜਾਬੀ ਚ ਹੁਣ ਨੇ ਕਿਹਾ ਹੈ ਇਹਦੇ ਲਈ ਮੈਂ ਅਦੈਸੋ ਵੀ ਯੂਜ਼ ਕਰ ਸਕਦਾ ਹਾਂ ਓਰਾ ਵੀ ਵਰਤ ਸਕਦਾ ਹਾਂ ਤੇ ਮੋਂਹ ਵੀ ਵਰਤ ਸਕਦਾ ਹਾਂ ਹੁਣ ਕੋਈ ਅਦੇਸੋ ਯੂਜ਼ ਕਰਦਾ ਹੈ ਕੋਈ ਓਰਾ ਯੂਜ਼ ਕਰਦਾ ਹੈ ਕੋਈ ਮੋ ਮੋ ਜਿਹੜਾ ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਵਰਤਿਆ ਜਾਂਦਾ ਹੈ ਇਹ ਜਿਹੜਾ ਲਾਸਿਓ ਤੋਂ ਥੱਲੇ ਥੱਲੇ ਏਰੀਆ ਹੈ ਉੱਥੇ ਯੂਜ਼ ਹੁੰਦਾ ਹੈ ਸਾਊਥ ਵਾਲੀ ਸਾਈਡ ਤੇ ਲਾਸਿਓ ਤੋਂ ਸ਼ੁਰੂ ਹੋ ਜਾਂਦਾ ਹੈ ਸਾਊਥ ਵਾਲੀ ਸਾਈਡ ਤੇ ਬਹੁਤ ਜ਼ਿਆਦਾ ਇਸਦੀ ਵਰਤੋਂ ਕੀਤੀ ਜਾਂਦੀ ਹੈ ਅਦੇਸੋ ਓਰਾ ਇਹ ਕਾਮਨ ਹੈ ਪੂਰੀ ਇਟਲੀ ਵਿੱਚ ਬਹੁਤ ਜ਼ਿਆਦਾ ਇਸਦੀ ਵਰਤੋਂ ਹੁੰਦੀ ਹੈ ਪਰ ਡਿਪੈਂਡ ਕਰਦਾ ਹੈ ਕੋਈ ਕਿਸ ਤਰ੍ਹਾਂ ਕਹਿੰਦਾ ਹੈ ਮਤਲਬ ਇੱਕ ਹੀ ਹੈ ਮਤਲਬ ਇਸਦਾ ਹੈ ਹੁਣ ਨਾਓ ਸੈਂਟੈਂਸਸ ਨਾਲ ਸਮਝਦੇ ਆ ਜਿਵੇਂ ਲਿਖਿਆ ਹੈ ਪਹਿਲਾ ਸੈਂਟੈਂਸ ਅਦਾਸ ਸੋ ਉਹ ਦਾ ਫਾਰੇ ਕਿ ਹੁਣ ਮੈਨੂੰ ਕੰਮ ਹੈ ਦੇਵੋ ਅੰਦਾਰੇ ਮੈਨੂੰ ਜਾਣਾ ਪਏਗਾ ਮੈਂ ਇਸ ਤਰ੍ਹਾਂ ਵੀ ਕਹਿ ਸਕਦਾ ਹਾਂ ਓਰਾ ਉਹ ਦਾ ਫਾਰੇ ਦੇਵੋ ਅੰਦਾਰੇ ਸੇਮ ਹੀ ਮਤਲਬ ਹੈ ਮੋ ਉਹ ਦਾ ਫਾਰੇ ਦੇਵੋ ਅੰਦਾਰੇ ਦੂਸਰਾ ora non ho voglia non ho voglia di fare niente kon menu chahat nahi hai kuch karan di adesso non ho voglia di fare niente mo non ho voglia di fare niente ti stra sentence mo andiamo a prendere un gelato un jandea ik ice cream laan lai अदैसो अंधिया मो आपरेंद्रे उंजे ला तो सेम मतलब ओरा अधिया मो आपरेंद्रे उंजे ला तो सेम ही मतलब है चौथा सेंटेंस अदैसो वो अंदा रे अलचिनेमा कि हूँ तू सिमा जाना चाहता है ओरा वो यदा रे अलचिनेमा मो वो अंदा रे अलचिनेमा ਪੰਜਵਾਂ ਸੈਂਟੈਂਸ ઓਰਾ ਗੁਆਰਡੋ ਉਨ ਫਿਲਮ ਹੁਣ ਮੈਂ ਇੱਕ ਫਿਲਮ ਦੇਖਦਾ ਹਾਂ ਮੋ ਗੁਆਰਡੋ ਉਨ ਫਿਲਮ ਹੁਣ ਮੈਂ ਇੱਕ ਫਿਲਮ ਦੇਖਦਾ ਹਾਂ ਅਦੈਸੋ ਗੁਆਰਡੋ ਉਨ ਫਿਲਮ ਹੁਣ ਮੈਂ ਇੱਕ ਫਿਲਮ ਦੇਖਦਾ ਹਾਂ ਦੇਖਿਆ ਹੋਣਾ ਵਾ ਕਿਵੇਂ ਆਪਾਂ ਜਿੰਨੇ ਵੀ ਸੈਂਟੈਂਸ ਨੇ ਕਦੇ ਅਦੈਸੋ ਦੇ ਨਾਲ ਯੂਜ਼ ਕੀਤਾ ਕਦੇ ਓਰਾ ਦੇ ਨਾਲ ਤੇ ਕਦੇ ਮੋ ਦੇ ਨਾਲ ਮਤਲਬ ਸੇਮ ਹੈ ਉਮੀਦ ਹੈ ਕਿ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਇਸ ਵੀਡੀਓ ਦੇ ਸਮਝ ਲੱਗੀ ਹੋਵੇਗੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ